ਭੂਮਿਕਾ ਜੀ ਤੂੰ ਐਵੇਂ ਨਾ ਭੂਮਿਕਾ, ਮੇਰੀ ਗੱਲ ਸੁਣ ਲਾ। ਪਹਿਲੀ ਵਾਰੀ ਮੈਂ ਜਦੋਂ ਆਇਆ ਨਾ ਇੱਥੇ, ਮੈਨੂੰ ਕਹਿੰਦਾ ਇੱਕ ਮਹਾਰਾਜ ਇੱਥੇ ਬਣਾਉਂਦਾ ਪੂੜੀਆਂ, ਠੀਕ ਆ, ਐਡੀ ਭੂਮਿਕਾ ਬੰਨ ਕੇ ਮੈਨੂੰ ਲੈ ਗਿਆ ਚੰਡੀਗੜ੍ਹ। ਹੁਣ ਜਦੋਂ ਬੰਦਾ ਐਡੀ ਭੂਮਿਕਾ ਬੰਨ ਕੇ ਲੈ ਜਾਂਦਾ ਨਾ, ਬੰਦਾ ਉੱਥੇ ਜੇ ਨਾ ਵੀ ਸਵਾਦ ਲੱਗੇ ਨਾ ਕੋਈ ਕਹਿਣ ਜੋਗਾ, ਉਹੀ ਬੰਨੀ ਜੋ ਹੋਰ ਇੱਕ ਚੀਜ਼ ਦੀ ਵੀ ਤੂੰ ਬਰਫੀ ਗਵਾ ਹੋ ਰਹੀ ਪਹਿਲਾਂ ਹੀ ਇੰਨੀ ਜ਼ਿਆਦਾ ਭੂਮਿਕਾ ਬੰਦ ਹੋ। ਚੱਲ ਹੁਣ ਦੱਸ ਦੇ ਕਿਵੇਂ ਆ, ਕਿਵੇਂ ਆ ਇਹ ਬਰਫੀ? ਬਰਫੀ ਦਾ ਯਾਰ ਆਪਣਾ ਮਿੱਤਰ ਉਹਨਾਂ ਨਿਆਣਾ ਹੋਇਆ ਸੀਗਾ, ਬੇਟਾ ਹੋਇਆ ਉਹਨਾਂ ਦੇ, ਉਹ ਦੇ ਗਿਆ ਦੋ ਤਿੰਨ ਡੱਬੇ ਤੇ ਹਾਂ ਲੁਧਿਆਣੇ ਦੀ ਸਪੈਸ਼ਲ ਬਰਫੀ ਆਈ। ਵੈਸੇ ਆਈ ਦਿੱਲੀਓਂ ਆਏ, ਤੈਨੂੰ ਗੱਲ ਸੁਣਾਉਣ ਲੱਗਿਆ ਜਿਹੜੀ ਨਿਆਣੇ ਤੋਂ ਯਾਦ ਆ ਗਈ ਹਨਾ, ਆਪਣੇ ਨਾ ਪਿੰਡਾਂ 'ਚ ਆਮ ਹੀ ਰਿਵਾਜ਼ ਆ। ਅਸੀਂ ਰਾਤ ਗੱਲ ਕਿਸੇ ਦਾ ਹੈਪੀ ਬਰਥਡੇ ਸੀ, ਮੈਂ ਤੇ ਬਬਲੂ ਗਏ ਸੀ ਰਾਤ। ਪਹਿਲਾਂ ਤਾਂ ਨਾ ਆਪਣੇ ਪਿੰਡਾਂ ਵਾਲੇ ਤੋਂ ਲਿਖਣੀ ਜਦੋਂ ਹੈਪੀ ਬਰਥਡੇ ਵਾਲਾ ਚੱਲ ਪਿਆ ਰਿਵਾਜ ਆ, ਉਹਦੇ ਬਹੁਤ ਸੰਗ ਮੰਨਦੇ ਆ ਹੈਪੀ ਬਰਥਡੇ। ਜਦੋਂ ਕੂਕ ਚੱਕ ਦੇ ਨਾ ਹੈਪੀ ਬਰਥਡੇ, ਉਹ ਤਾਂ ਸ਼ਰਮਾਈ ਜਾਣਗੇ, ਉਹ ਗਾਣਾ ਗਾਉਣ ਲੱਗੇ, ਗਾਣਾ ਗਾਉਣ ਲੱਗੇ। ਪਤਾ ਕੀ ਚੱਕਰ ਆ, ਹਾਲਾਂਕਿ ਕਿਹੜਾ ਗਲਤ ਹੈ, ਵਿਸ਼ ਕਰਨੀ ਆ ਬੰਦੇ ਨੂੰ ਸੰਗੀ ਜਾਣਗੇ। ਚੱਲ ਜਿਹੜੀ ਆਹ ਗੱਲ ਸੀਗੀ ਨਾ, ਫਿਰ ਨਿਆਣਾ ਆਪਣੇ ਨਾ ਪਿੰਡਾਂ 'ਚ ਰਿਵਾਜ਼ ਆ ਵੀ ਜਦੋਂ ਜਵਾਕ ਹੁੰਦਾ ਹਨਾ, ਉਹ ਸਾਰੇ ਜਾਣੇ ਚੱਲ ਖੁਸ਼ੀ ਹੁੰਦੀ ਹੈ ਬਹੁਤ ਘਰੇ ਹਨਾ, ਪਰਮਾਤਮਾ ਨੇ ਵੀ ਆਹ ਦਾਤ ਬਖਸ਼ੀ ਆ, ਤੇ ਕਰੀ ਜਾਣਗੇ। ਇਹਦੇ ਨਾ ਇਹਦਾ ਨੱਕ ਇਹਦੇ ਮਾਮੇ ਤੇ ਗਿਆ ਹਨਾ, ਦਾਤ ਗਿਆ ਤੇ ਮਹਾਂਦਰਾ ਹਨਾ, ਮਹਾਂਦਰਾ ਕਹਿੰਦੇ ਹੁੰਦੇ ਨਾਨਕਿਆਂ ਤੇ ਗਿਆ ਇਹਦਾ ਮਹਾਂਦਰਾ, ਉਹ ਕਰੀ ਜਾਣਗੇ ਨਹੀਂ ਦਾਤਕਿਆਂ ਤੇ ਗਿਆ ਗਾ ਹਨਾ, ਮਤਲਬ ਆਏ ਕਲੇਮ ਕਰੀ ਜਾਣਗੇ। ਉਦੋਂ ਬਾਅਦ ਜਦੋਂ ਆਪਣੀ ਉਮਰ ਜੀ ਚ ਪਹੁੰਚ ਜਾਂਦਾ, ਆਪਣੇ ਆਪਣੇ ਵਾਂਗੂ ਹੀ ਮੰਨ ਲਓ ਯਾਰ, ਆਪਾਂ ਕਿਸੇ ਵਾਂਗੂ ਕਿਉਂ ਕਹਿਣਾ, ਕੋਈ ਨਾ ਕੋਈ ਕੁਰਤ ਕੁਤ ਖੰਡਾ ਦਿੰਦਾ, ਉਹ ਕੁੜੀ ਲੈ ਕੇ ਨਿਕਲ ਜਾਂਦਾ, ਲੱਗ ਜਾਂਦਾ। ਫਿਰ ਬੁੜੀ ਜੀ ਪਤਾ ਕੀ ਕਰੀ ਜਾਣਗੀਆਂ, ਸਾਡੇ ਚ ਤਾਂ ਕਿਸੇ ਦੇ ਪਤਾ ਨੀ ਕਰਾਣਾ ਕਿਤੇ ਗਿਆ, ਸਾਡੇ ਚੋਂ ਸਾਰੇ ਲਾਣੇ ਚ ਸਾਰੇ ਹੀ ਮੁੱਕਰ ਜਾਂਦੇ ਆ। ਨਾ ਨਾਨਕੇ ਦੇ ਇਹੋ ਜਿਹੇ ਨੇ, ਇੰਨੇ ਨਰਮ ਬੰਦੇ ਨੇ, ਨਾ ਦਾਦਕੇ ਇਹੋ ਜਿਹੇ ਨੇ, ਇਹ ਪਤਾ ਨੀ ਕੱਲਾ ਕਿਤੇ ਗਿਆ, ਕਿਹਦੀ ਗੁੜਤੀ ਹੈ, ਐ ਕੰਮ ਚੱਲਦਾ ਆਪਣੇ ਨਾਲ। ਸਹੀ ਹੈ, ਹੋਰ ਬਈ ਗੱਡੀ ਹੋਰ ਵਧੀਆ ਜੀ, ਜਮਾ ਐਂ ਜਾਏਗਾ। ਤੁਸੀਂ ਅੱਜ ਆਏ ਹੋ ਸਾਡੇ ਘਰੇ, ਰੋਟੀ ਤੁਹਾਨੂੰ ਖਵਾ ਕੇ ਭੇਜਣੀ, ਮੇਰੇ ਸਰ ਜੀ ਦੀ ਸਨੇਪਾਂ ਬੜੀਆਂ ਪਾਉਣੇ ਰਹਿੰਦੇ ਹੋ, ਹਾਂ ਰੋਟੀ ਪਾੜੀਆਂ ਨੇ ਕਾਦੀਆਂ, ਮਤਲਬ ਕੱਦੂ ਤੇ ਰੋਟੀ ਪਾਣੀ ਕਰਦੇ ਆਪਾਂ, ਹੋਰ ਕੋਈ ਕੰਮ ਹੀ ਹੈ ਨਹੀਂ, ਕੰਮ ਹੀ ਦੇਖ ਮੇਰੀ ਗੱਲ ਸੁਣ, ਖਾਣਾ ਪੀਣਾ ਸੌਣਾ ਸਾਡਾ ਵੀ ਕੰਮ, ਮੈਨੂੰ ਸਾਰੇ ਪੁੱਛ ਰਹਿੰਦਾ ਕੰਮ ਕੀ, ਇਹ ਕੰਮ ਆ ਸਾਡਾ, ਕੁਝ ਕੰਮ ਖਾਣਾ ਵੀ ਕੰਮ ਆ, ਜਿਹੜੇ ਹੁੰਦੇ ਬੰਦੇ ਨੂੰ ਖਾਂਦੇ ਨੂੰ ਪਸੀਨਾ ਆਈ ਜਾਂਦਾ, ਕੰਮ ਹੀ ਆ ਮਿਹਨਤ ਆਦੀ, ਠੀਕ ਨੀ, ਤੁਸੀਂ ਇਹ ਦੱਸੋ ਵੀ ਖਾਣਾ ਕੀ ਪਸੰਦ ਕਰੋ, ਕੱਦੂ ਹੀ ਖਾ ਪਾਗੇ, ਕੱਦੂ ਬਣੀ ਜਾਂਦਾ ਅੱਜ, ਕੱਦੂ ਬਣੀ। ਮੇਰੀ ਗੱਲ ਤਾਂ ਸੁਣ ਲਾ, ਮੈਨੂੰ ਨਾ ਆਪਣੇ ਏਰੀਏ ਦੀ ਸਭ ਤੋਂ ਲੰਡਰ ਸਬਜ਼ੀ ਕੱਦੂ, ਸਹੀ ਗੱਲ, ਕਦੇ ਬਗਾਰ ਆਈ ਵੀ ਆ, ਕਦੇ ਵੀ ਬਗਾਰ ਹੀ ਆਉਂਦਾ, ਠੀਕ ਆ, ਉਹ ਕਹਿੰਦੇ ਕੱਦੂ ਧਰ ਲੋ, ਜਿਵੇਂ ਕਹਿੰਦੇ ਵੀ ਕੋਈ ਨਾ ਹੈਰੀ ਵਰਗਾ ਸੀਗਾ ਤੇ ਸੋਰੀ ਵਗ ਗਿਆ ਹਨਾ, ਤੇ ਉਹ ਨਾ ਬਾਈ ਉਹਦੀ ਸੱਸ ਰੋਜ਼ ਮਤਲਬ ਮੂੰਗੀ ਦਾਲ ਧਰਦੇ ਆ ਕਰੇ, ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਹਨਾ ਸੱਤ ਦਿਨ ਧਰਦੇ, ਇੱਕ ਦਿਨ ਉਹ ਉਹਨੂੰ ਕਹਿੰਦੀ ਪ੍ਰਾਹੁਣਿਆ ਕਹਿੰਦੀ ਅੱਜ ਤਰੀਕ ਕੀ ਆ ਪੁੱਤ, ਕਹਿੰਦਾ ਮਾਤਾ ਮੁੰਦਾ ਪਤਾ ਨੀ, ਕਹਿੰਦਾ ਮੂੰਗੀ ਦੀ ਦਾਲ ਦੀ ਅੱਜ ਸੱਤ ਤਰੀਕ ਹੈ, ਰੋਜ਼ ਹੀ ਉਹ ਆਪਣੇ ਉਵੇਂ ਆ ਕੱਦੂ, ਆਪਣੇ ਕੱਦੂ ਉਵੇਂ ਆ, ਠੀਕ ਹੈ। ਪਰ ਪਤਾ ਕਿਉਂ ਹੁਣ ਦੇਖ ਆਪਾਂ ਨੂੰ ਨਾ, ਅਸਲ ਚ ਮੈਨੂੰ ਮੈਂ ਜਦੋਂ ਸਨੈਪ ਪਾ ਦਿੰਦਾ ਹੁਣ ਬਾਈ ਵੀ ਕਹੀ ਜਾਂਦਾ ਹਨਾ, ਆਪਾਂ ਭੂਮਿਕਾ ਫਿਰ ਉਹੀ ਗੱਲ ਆ ਗਈ ਵੀ ਭੂਮਿਕਾ ਕੱਦੂ ਦੀ ਇੰਨੀ ਬਣਤੀ ਨਹੀਂ, ਮੈਂ ਕਹਿੰਦਾ ਅੱਜ ਬਣੀ ਜਾਂਦਾ ਕੱਦੂ, ਆਪਣੇ ਨਾ ਇੱਕ ਮੈਡਮ ਨੇ ਉੱਥੇ ਚੌਥੀ ਸੈਕਟਰ, ਆਪਣੇ ਭਾਜੀ ਜਿਹੜੇ ਜਸਕਰਨ ਬਾਈ ਦਾ ਆਫਿਸ ਨੀ ਗਾ, ਉੱਥੇ ਮੈਂ ਜਾ ਵੜਿਆ ਹਨਾ, ਉਹ ਮੈਡਮ ਆਪਣੀ ਵੀਡੀਓ ਵੇਖਦੀ ਆ ਵਿਚਾਰੀ ਹਨਾ, ਉਹਨੂੰ ਐਂ ਲੱਗਿਆ ਵੀ ਜਦੋਂ ਦੁੱਧ ਪਾਵਾਂਗੇ ਸਬਜ਼ੀ ਚ ਤਾਂ ਖਰਾਬ ਹੋ ਜਾਊਗਾ, ਉਹਨੇ ਮਾਂ ਦੀ ਧੀ ਨੇ ਦਹੀਂ ਮਾਰਿਆ ਲਿਆ ਕੇ ਦੇ ਦਿੱਤਾ, ਤੇ ਚੱਲਦੇ ਆ ਕਿਚਨ ਵੱਲ ਨੂੰ, ਉੱਥੇ ਤੈਨੂੰ ਪਤਾ ਹੀ ਆ ਕਿਚਨ ਚ ਸੁਰਾਂ ਦੇ ਸਰਤਾਜ ਸਾਡੇ ਭਾਜੀ ਕੀ ਕਹਿੰਦੇ ਹੁੰਦੇ ਆ ਸੋਹਣ ਸਿੰਘ ਜੀ, ਜਿਨ੍ਹਾਂ ਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ, ਅੱਜ ਕੱਦੂ ਨਾਲ ਜੱਦੂ ਜਹਿਲ ਕਰਦੇ ਆ, ਉਹਨਾਂ ਦੇ ਕਰਾਉਣੇ ਚੱਲਦੇ ਆ ਦਰਸ਼ਨ ਕਰਾਉਣੇ ਆ। ਦੋਸਤੋ ਇਹ ਸਾਡੇ
ਫਿਰ ਇਹਨਾਂ ਨੇ ਇਹ ਅਮਰੀਕਾ ਦਾ ਇਹਨਾਂ ਦਾ ਵੀਜ਼ਾ ਲੱਗਿਆ 10 ਸਾਲਾਂ ਦਾ ਠੀਕ ਹੈ ਉੱਥੇ ਤਾਂ ਚੱਲ ਇਹਨਾਂ ਨੇ ਟਰਾਲਾ ਪਾ ਲਿਆ ਸੀ ਜਾ ਕੇ ਫਿਰ ਮੁੜੇ ਆਏ ਜਿਹੜਾ ਕੱਦੂ ਦਾ ਕੋਫਤਾ ਉਹ ਇਹਨਾਂ ਨੇ ਮਲੋਟਰ ਕੀਤਾ ਕੱਚਿਆ ਕਨੇਡਾ ਕੁੜੀ ਪੱਕੀ ਰੋਟੀਆਂ ਪਕਾ ਕੇ ਕੱਚਿਆ ਜਾਦੂ ਹੈ ਬਾਈ ਨੇ ਮੈਨੂੰ ਇੱਕ ਗੱਲ ਕਹੀ ਸੀ ਜਿਹੜੀ ਮੇਰੇ ਦਿਲ ਤੋਂ ਚੱਲ ਮਜ਼ਾਕ ਨਾ ਮਜ਼ਾਕ ਲੈ ਗਿਆ ਬਾਈ ਮੈਨੂੰ ਕਹਿੰਦਾ ਵੀ ਮੈਂ ਕਿਹਾ ਬਾਈ ਵੀ ਤੁਹਾਡੀ ਹੱਥ ਚ ਜਾਦੂ ਹੈ ਸਬਜ਼ੀ ਕਿਵੇਂ ਸਵਾਦ ਬਣਾਉਣੀ ਵੀ ਕੀ ਹਨਾ ਬਾਈ ਕਹਿੰਦਾ ਵੀ ਮੈਨੂੰ ਮੇਰੀ ਮਾਤਾ ਨੇ ਸਿਖਾਇਆ ਸੀ ਵੀ ਵਾਹਿਗੁਰੂ ਕਹਿ ਕੇ ਤੁਸੀਂ ਕਿਸੇ ਵੀ ਸਬਜ਼ੀ ਚ ਨੂਣ ਮਿਰਚ ਪਾ ਕੇ ਰੱਬ ਦਾ ਨਾਂ ਲੈ ਕੇ ਯਾਦ ਕਰਕੇ ਆਪਦੇ ਜਿਹਨੂੰ ਮੰਨਦੇ ਹੋ ਤੁਸੀਂ ਉਹ ਸਬਜ਼ੀ ਚ ਟੇਸਟ ਆਊਗਾ ਜੇ ਜਿਹਨੇ ਸਬਜ਼ੀ ਬਣਾਉਣੀ ਆ ਤਾਂ ਰੋਟੀ ਉਹਨੇ ਖੁਸ਼ ਹੋ ਕੇ ਬਣਾਊਗਾ ਕੱਦੂ ਲੈ ਪਲੇਟ ਭਰ ਲੈ ਉਹਨਾਂ ਨੂੰ ਚੀਰ ਕੇ ਫੇਲ ਕਰਤਾ ਸਭ ਤੋਂ ਪਹਿਲਾਂ ਪਲੇਟ ਲੈ ਦੱਸੋ ਉਧਰ ਬਣਾਇਆ ਸਭ ਤੋਂ ਪਹਿਲਾਂ ਕੁੱਕਰ ਆਪਕੋ ਜੇ ਦਿਖਾ ਦੇ ਵੀ ਇਸਮੇ ਕੱਖ ਨਹੀਂ ਹੈ ਉਸ ਤੋਂ ਬਾਅਦ ਗੈਸ ਚਲਾਏ ਠੀਕ ਹੈ ਉਸ ਤੋਂ ਬਾਅਦ ਤੇਲ ਸਰੋਂ ਦਾ ਮੁਸਕ ਮਾਰਦਾ ਜਿੱਲਾ ਲਾਉਂਦੇ ਨੇ ਹੈ ਬਹਿ ਕੇ ਜੇ ਕਿ ਜਮਾਨਾ ਬਾਬੇ ਕੱਦੂ ਬਣਾਉਂਦੇ ਨੇ ਕਿੰਨਾ ਕੁ ਪਾਉਣਾ ਹੈ ਕਿਵੇਂ ਜੇ ਪਾਣੀ ਸੁੱਕ ਲਾਂਗੇ ਉੱਤੇ ਪੈ ਜਾਊਗਾ ਨਹੀਂ ਹੁਣ ਕੀ ਕਰਾਂ ਇੱਕ ਮਿੰਟ ਵੀਰ ਪਾਦਾ ਪਾਣੀ ਸੁੱਕ ਲੈਣ ਦੇ ਨਾ ਕੁੱਕਰ ਚੋਂ ਮਗਰ ਹੋ ਨੀ ਕਰਛੀ ਦੋਸਤੋ ਕਰਛੀ ਸਰੋਂ ਦੇ ਤੇਲ ਦੀ ਪਾ ਲੋ ਠੀਕ ਹੈ ਰਿਫਾਇੰਡ ਵੀ ਪਾ ਸਕਦੇ ਆ ਠੀਕ ਹੈ ਕਰ ਦੀ ਬੰਦ ਸਾਡਾ ਚੱਲਦਾ ਸੱਕਾ ਸੀ ਤਾਂ ਕਰਦੇ ਠੀਕ ਹੈ ਹੁਣ ਉਹਨੂੰ ਕੱਦੂ ਤੁਸੀਂ ਲੌਕੀ ਵੀ ਬਾਈ ਉਹ ਵੀ ਆਈ ਸੇਮ ਹੀ ਬਣਦੀ ਹੈ ਇੱਕੋ ਹੀ ਚੀਜ਼ ਆ ਗਲਤ ਨਾ ਬਣਾ ਦੀ ਦੱਸ ਇਹ ਕੀ ਆ ਇਸ ਗੱਭਰੂ ਨੂੰ ਜੀਰਾ ਕਹਿੰਦੇ ਨੇ ਠੀਕ ਹੈ ਕਿੰਨਾ ਕੁ ਪਾਉਣਾ ਇਹ ਬਸ ਇੰਨਾ ਤੜਕੇ ਵਾਲਾ ਪਿਆਜ ਕੱਟ ਕੇ ਰੱਖ ਲੋ ਇਹਦੇ ਵਿੱਚ ਹਰੀ ਮਿਰਚ ਗ੍ਰੀਨ ਚਿੱਲੀ ਲਈ ਉਸਕੇ ਬਾਅਦ ਆਦਾ ਲਈ ਅਦਰਕ ਲਈ ਇਸਮੇ ਕੱਟ ਲਏ ਇੰਨਾ ਬਹੁਤ ਆ ਇਹਨੂੰ ਅੱਡ ਕੱਟ ਕੇ ਰੱਖ ਲਓ ਇਹਨੂੰ ਐ ਕਰਕੇ ਰੱਖ ਲਓ ਤੇ ਹੁਣ ਕਿੰਨਾ ਟਾਈਮ ਬਾਅਦ ਪਾ ਦੇਣਾ ਹਾਂ ਜਦੋਂ ਤੇਲ ਗਰਮ ਹੋ ਗਿਆ ਫਿਰ ਵਿੱਚ ਇਹ ਪਾ ਦੇਣਾ ਹਨਾ ਠੀਕ ਹੈ ਫਿਰ ਪਿਆਜ਼ ਤੇ ਫਿਰ ਉਹ ਤੜਕਾ ਲੱਗ ਜਾਊਗਾ ਠੀਕ ਹੈ ਹੁਣ ਮੈਨੂੰ ਕੋਈ ਸਬਜ਼ੀ ਨਹੀਂ ਆਉਂਦੀ ਸੀ ਮੈਨੂੰ ਤਾਂ ਐਂ ਬਣ ਲੈ ਕੀ ਹੋ ਗਿਆ ਹੋ ਗਈ ਲਾ ਲਾ ਰਾਵਣ ਤੋਂ ਬਾਅਦ ਵੀ ਅੰਗਰੀ ਤੋਂ ਅੱਗ ਹੀ ਲਾ ਦਿੰਦੇ ਭਾਈ ਆਹ ਪਾ ਦੀ ਹੁਣ ਸਾਰਾ ਉੜਦੀਆਂ ਛੜਿਆਂ ਨਿਕਲਣ ਤੂੰ ਆਉਣ ਨਿਕਲਦਾ ਨਾ ਬਾਈ ਕਹਿੰਦਾ ਰੰਨਾ ਵਾਲੇ ਭੁੱਖੇ ਮਾਰਨ ਕਿਵੇਂ ਨਿਕਲਣਾ ਉਹ ਰੰਨਾ ਵਾਲੇ ਛੜਿਆਂ ਦੇ ਪੱਕਣ ਪਰਾਉਣੇ ਰੰਨਾ ਵਾਲਿਆਂ ਦੀ ਅੱਗ ਨਾ ਬਲੇ ਉਹਦਾ ਬਈ ਸੀ ਅੱਗ ਪਕਲਾ ਹੋਈ ਜਾਂਦੀ ਹੁੰਦੀ ਜਦੋਂ ਤੱਕ ਲਾਲ ਨਹੀਂ ਹੋਣਗੇ ਤੈਨੂੰ ਇੱਕ ਹੋਰ ਗੱਲ ਸੁਣਾਵਾ ਤੂੰ ਵੈਸੇ ਪਤਾ ਮੈਨੂੰ ਮੈਂ ਬਾਈ ਕਹਿ ਦਿੰਦਾ ਐਨਾ ਮੇਰਾ ਅੰਕਲ ਲੱਗਦਾ
ਮੈਂ ਇਹਨੂੰ ਐਂ ਪੁੱਛਿਆ ਮੈਂ ਕਿਹਾ ਰੋਟੀ ਨੀ ਦਵਾ ਮੈਂ ਤੂੰ ਘਰੇ ਵੀ ਬਣਾਉਣਾ ਰੋਟੀ ਕਹਿੰਦਾ ਨਹੀਂ ਫਿਰ ਕਹਿੰਦਾ ਕੋਈ ਇੱਜ਼ਤ ਕਰੀ ਰਹੀ ਘਰ ਜਾ ਕੇ ਕਹਿੰਦਾ ਇੱਕ ਦਿਨ ਮੈਨੂੰ ਕਹਿੰਦਾ ਮੈਨੂੰ ਯਾਦ ਕਹਿੰਦਾ ਮੈਂ ਬੈਠੇ ਬੈਠੇ ਨੂੰ ਭੁੱਖ ਲੱਗੀ ਕਹਿੰਦਾ ਮੈਂ ਰਸੋਈ ਨੂੰ ਸਿੱਧਾ ਹੋ ਗਿਆ ਫਿਰ ਮੈਨੂੰ ਪਤਾ ਲੱਗਿਆ ਜਾ ਕੇ ਮੈਂ ਵਿਆਹ ਵਾਂ ਤੇ ਮੈਂ ਘਰੇ ਆਇਆ ਵਾਂ ਕਹਿੰਦਾ ਮੈਂ ਆਵਾਜ਼ ਮਾਰੀ ਕਹਿੰਦਾ ਹੈਲੋ ਲਿਆ ਰੋਟੀ ਠੀਕ ਹੈ हरी मिर्च पाई है हां नेड़े नहीं छोड़ लेना गरीबा दे मुक्के हुआ है अद्धा चमचा लाल मिर्च लो ठीक है हां चमच नमक दुख तोड़ सब्जी बना दुख तोड़ जिन्हों कह दें भी ए बंदा उंगला चढ़ता बाद झटकी बड़ा पहली बार सब्जी बना लग्या मैं जिंदगी च पानी नहीं पैंदा नहीं पैंदा सब तो बड़ी गल है ठीक है पानी दुखा नहीं मुड़ के हो बरसात वाला काम हो जाए फिर इन्हू चंगी तरह कपड़े चौदी कर देनी है हां मिक्स कर देना इन ठीक है कम तो कम तीन या चार मिनट इस कुकर तो बंद करके जिन्ना भी सब्जी के हिसाब नाल ठीक है बाल लेना फिर इसको खोलो खोलो फिर मैं खोलो कुत्ते ना पूरा कुकर ही खोलना होना हूं दुद्ध जी पा पैके रब दाना है गलती माफी चाहे अज की जी डिश है बन के तैयार है इन्हू कहते दुध वाला कद्दू तोरिया भी सेम पैटर्न बन दया ने एक और बन लौकी लौकी भी आई बन दी है बाकी तेन हम दो नवी नवी सब्जिया सिखा रहे वैसे सब तो लंडर सब्जी सी एडा भी कोई चक्कर नहीं है पर यूट्यूब से नहीं है बंदा का है ना थोनू कितों सीखने नहीं मिलेगी वन एंड ओनली कुक अमेरिका वाले इन्हें अमेरिका ट्राला चला गया इन्हें उन्होंने तो सीखने ओके जी फिर ये रोटियां कुट ली गई ने गर्म करना हूं तक कुट दी हैं इसमें कद्दू डाल लिया गया है अब इसमें घ्यो पै गया है तो होर पा दो सब्जी थोड़ी मैं कहना घट है नहीं अपन घोलना लावा परमिंदर रूम छेड़ी आओ परमिंदर रूम छेड़ी वाला घोलना लाना ਬੁਲਾਏ ਸ਼ਡਿਊਲ ਚ ਟਾਈਮ ਕੱਢਿਆ
ਦੁਨੀਆ ਦੀ ਕੋਈ ਵੀ ਸ਼ੈ ਖਾਣ ਵਾਲੀ ਜਿਹਦੇ ਬਰਾਬਰ ਪਈ ਹੋਵੇ ਹਾਂ ਮੈਂ ਉਹ ਛੱਡ ਸਕਦਾ ਇਹਦੇ ਲਈ ਕੋਈ ਕਿਤੇ ਵੀ ਕੋਈ ਵੀ ਸ਼ੈ ਪਈ ਹੋਵੇ ਹਾਂ ਵਰਲਡ ਚ ਕਿਤੇ ਵੀ ਬਣਿਆ ਹੋਵੇ ਜਾਂ ਜੋ ਮਰਜ਼ੀ ਚੀਜ਼ ਹੋਵੇ ਹਾਂ ਇਹਦੇ ਲਈ ਮੈਂ ਕੁਝ ਵੀ ਛੱਡ ਸਕਦਾ ਪਰ ਪਿੰਡਾਂ ਚ ਮੈਂ ਅੱਜ ਬੋਲਿਆ ਸੀ ਵੀਡੀਓ ਚ ਵੀ ਇਹ ਲੰਡਰ ਸਬਜ਼ੀ ਮੰਨੀ ਜਾਂਦੀ ਹੈ ਗਰਮੀਆਂ ਚ ਕੱਦੂ ਸਬਜ਼ੀਆਂ ਸਾਗ ਹਾਂ ਪਿੰਡਾਂ ਦਾ ਮਾਹੌਲ ਬਸ